ਸਾਡਾ ਰਿਜ਼ਲਟ ਅਜੇ ਤੱਕ ਅਨਾਉਂਸ ਨਹੀਂ ਹੋਇਆ ਇਸ ਕਰਕੇ ਸਰਕਾਰ ਨੂੰ ਇਹ ਕਹਿਣਾ ਚਾਹੁੰਦੇ ਹਾਂ ਵੀ ਸਾਡਾ ਜਲਦ ਤੋਂ ਜਲਦ ਰਿਜ਼ਲਟ ਅਨਾਉਂਸ ਕੀਤਾ ਜਾਵੇ ਤਾਂ ਜੋ ਅਸੀਂ ਆਉਂਦੀ ਆਪਦੀ ਭਰਤੀਆਂ ਦੇਖ ਸਕੀਏ। ਅਸੀਂ ਸਰਕਾਰ ਨੂੰ ਇਹੀ ਚਾਹੁੰਦੇ ਹਾਂ ਜੀ, ਬੇਨਤੀ ਕਰਦੇ ਹਾਂ ਸਾਡਾ ਰਿਜ਼ਲਟ ਜਲਦੀ ਤੋਂ ਜਲਦੀ ਅਨਾਉਂਸ ਕੀਤੇ ਕਰਨ, ਕਿਉਂਕਿ ਸਾਡੀ ਜ਼ਿੰਦਗੀ ਦਾ ਸਵਾਲ ਹੈ। ਅਸੀਂ ਸਾਡੀ ਜੇ ਅਸੀਂ ਭਰਤੀ ਦੇਖਣੀ ਆ ਤਾਂ ਉਹਦੀ ਉਮਰ ਰੇਂਜ ਹੋ ਰਹੀ ਆ, ਉਸਦਾ ਜ਼ਿੰਮੇਵਾਰ ਜੇ ਹੋਣਗੇ ਤਾਂ ਕੈਪਟਨ ਸਾਹਿਬ ਦੇ ਪੰਜਾਬ ਸਰਕਾਰ ਹੋਣਗੇ, ਜੇ ਕੋਈ ਕਿਸੇ ਦਾ ਜਾਨੀ ਜਾਂ ਮਾਲੀ ਨੁਕਸਾਨ ਹੁੰਦਾ ਉਸਦੇ ਜ਼ਿੰਮੇਵਾਰ ਵੀ ਉਹ ਹੋਣਗੇ। ਇਸ ਲਈ ਅਸੀਂ ਬੇਨਤੀ ਕਰਦੇ ਹਾਂ ਸਰਕਾਰ ਨੂੰ ਵੀ ਸਾਡਾ ਭਵਿੱਖ ਖਰਾਬ ਨਾ ਕੀਤਾ ਜਾਵੇ ਅਤੇ ਸਾਡਾ ਰਿਜ਼ਲਟ ਅਨਾਊਂਸ ਕੀਤਾ ਜਾਵੇ। ਸਿੱਖਿਆ ਮੰਤਰੀ ਕੈਪਟਨ ਸਰਕਾਰ, ਕੈਪਟਨ ਸਰਕਾਰ ਨੌਜਵਾਨਾਂ ਨਾਲ ਤੱਕੇ ਸਾਈ ਨਹੀਂ ਚਲੇਗੀ, ਨਹੀਂ ਚਲੇਗੀ। ਦਸਵੀਂ ਓਪਨ ਪਾਸ ਕਰੋ, ਪਾਸ ਕਰੋ, ਪਾਸ ਕਰੋ। ਦਸਵੀਂ ਓਪਨ ਪਾਸ ਕਰੋ। ਮੇਰੇ ਬੇਟੇ ਨੇ ਦਸਵੀਂ ਦੇ ਐਗਜ਼ਾਮ ਦਿਏ ਥੇ ਓਪਨ ਬੋਰਡ ਸੇ, ਪੰਜਾਬ ਸੇ, ਔਰ ਆਜ ਸਿਤੰਬਰ ਹੋ ਗਈ ਹੈ, ਅਭੀ ਤੱਕ ਉਸਕਾ ਰਿਜ਼ਲਟ ਨਹੀਂ ਆਇਆ ਹੈ। ਅਬ ਬੱਚੋਂ ਕੋ ਯਹ ਨਹੀਂ ਸਮਝ ਆ ਰਿਹਾ ਹੈ ਕਿ ਉਹ ਗਿਆਰਵੀਂ ਕੀ ਪੜ੍ਹਾਈ ਕਰੇ ਜਾਂ ਦਸਵੀਂ ਕੀ, ਜਿਸਕੇ ਕਾਰਨ ਉਹ ਦਿਨ ਰਾਤ ਟੈਨਸ਼ਨ ਮੇਂ ਰਹਿਣੇ ਲਗਾ ਹੈ। ਇਸਕੇ ਮੇਰੀ ਪੰਜਾਬ ਸਰਕਾਰ ਸੇ ਗੁਜ਼ਾਰਿਸ਼ ਹੈ ਔਰ ਪੰਜਾਬ ਸਰਕਾਰ ਕੇ ਸਿੱਖਿਆ ਮੰਤਰੀ ਸੇ ਕਿ ਉਹ ਜਲਦ ਸੇ ਜਲਦ ਜਿਨ੍ਹੋਂਨੇ ਓਪਨ ਬੋਰਡ ਦਸਵੀਂ ਕੇ ਐਗਜ਼ਾਮ ਦੀਏ ਹੈ ਉਹਨੇ ਪਾਸ ਕੀਆ ਜਾਏ, ਜਿਸਸੇ ਉਨਕਾ ਭਵਿਸ਼ਯ ਉਜਵਲ ਹੋ ਸਕੇ।